ਸ਼ਿਪਰਾ ਗੋਇਲ ਦੇ ਫੈਨਸ ਲਈ ਖਾਸ ਅਪਡੇਟ ਆਈ ਸਾਹਮਣੇ। ਜੀ ਹਾਂ, ਰੀਸੈਂਟਲੀ ਸ਼ਿਪਰਾ ਗੋਇਲ ਦੇ ਫੈਨਸ ਲਈ ਇੱਕ ਖਾਸ ਅਪਡੇਟ ਸਾਹਮਣੇ ਆਈ ਹੈ। ਦਰਅਸਲ ਸ਼ਿਪਰਾ ਗੋਇਲ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪਹਿਲਾ ਪੋਸਟਰ ਸਾਂਝਾ ਕੀਤਾ। ਸ਼ਿਪਰਾ ਗੋਇਲ ਦੇ ਵੱਲੋਂ ਇਸ ਨਵੇਂ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝਾ ਕੀਤਾ ਗਿਆ ਤੇ ਦੱਸ ਦਈਏ ਕਿ ਇਸ ਗੀਤ ਦਾ ਨਾਮ ਹੈ ਅੱਗ ਵਰਗੀ। ਅੱਗ ਵਰਗੀ ਗੀਤ ਦੇ ਪੋਸਟਰ ਦੇ ਵਿੱਚ ਸਾਨੂੰ ਸ਼ਿਪਰਾ ਗੋਇਲ ਇੱਕ ਅਨਸੀਨ ਅਵਤਾਰ ਦੇ ਵਿੱਚ ਦਿਖਾਈ ਦੇ ਰਹੇ ਨੇ। ਸ਼ਿਪਰਾ ਗੋਇਲ ਕਾਫੀ ਪਿਆਰੇ ਲੱਗ ਰਹੇ ਨੇ ਇਸ ਪੋਸਟਰ ਦੇ ਵਿੱਚ, ਤੇ ਨਾਲ ਹੀ ਇਸ ਪੋਸਟਰ ਦੇ ਵਿੱਚ ਵੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਗੀਤ ਦੇ ਕ੍ਰੈਡਿਟਸ ਕੀ ਨੇ ਤੇ ਸਾਨੂੰ ਕੌਣ ਕੌਣ ਨਜ਼ਰ ਆਉਣ ਵਾਲਾ ਹੈ। ਵੈਲ, ਦੱਸ ਦਈਏ ਕਿ ਸ਼ਿਪਰਾ ਗੋਇਲ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ, ਯਾਨੀ ਕਿ ਇਸ ਗੀਤ ਨੂੰ ਗਾਇਆ ਹੈ ਵਨ ਐਂਡ ਓਨਲੀ ਸ਼ਿਪਰਾ ਗੋਇਲ ਨੇ। ਇਸ ਗੀਤ ਦੇ ਵਿੱਚ ਫੀਚਰਿੰਗ ਹੈ ਚੰਨੀ ਨਤਨ ਐਂਡ ਇੰਦਰਪਾਲ ਮੋਗਾ ਦੀ। ਵੈਲ, ਇਹ ਵੀ ਦੱਸ ਦਈਏ ਕਿ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮੈਡ ਮਿਕਸ ਨੇ, ਲਿਰਿਕਸ ਨੇ ਚੰਨੀ ਨਤਨ ਦੇ ਤੇ ਲੇਬਲ ਹੈ ਸ਼ਿਪਰਾ ਗੋਇਲ ਰੈਕਟਸ ਦਾ। ਇਸ ਗੀਤ ਦੇ ਪੋਸਟਰ ਨੂੰ ਆਰਟ ਬਾਈ ਵਿਨੀਤ ਦੇ ਵੱਲੋਂ ਬਣਾਇਆ ਗਿਆ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਨ ਐਂਡ ਓਨਲੀ ਸ਼ਿਪਰਾ ਗੋਇਲ ਨੇ, ਤੇ ਨਾਲ ਹੀ ਫੀਚਰਿੰਗ ਹੈ ਚੰਨੀ ਨਤਨ ਐਂਡ ਇੰਦਰਪਾਲ ਮੋਗਾ ਦੀ। ਦੱਸ ਦਈਏ ਕਿ ਇਸ ਗੀਤ ਨੂੰ ਸ਼ਿਪਰਾ ਗੋਇਲ ਪ੍ਰੈਜ਼ੈਂਟ ਕਰ ਰਹੇ ਨੇ, ਯਾਨੀ ਕਿ ਸ਼ਿਪਰਾ ਗੋਇਲ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਹੋਣ ਵਾਲਾ ਹੈ। ਸੋ ਕਿੰਨੇ ਐਕਸਾਈਟਿਡ ਹੋ ਅੱਗ ਵਰਗੀ ਗੀਤ ਨੂੰ ਵੇਖਣ ਲਈ? ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਗੱਲ ਕਰੀਏ ਇਸ ਗੀਤ ਦੀ ਪਰਟੀਕੁਲਰ ਰਿਲੀਜ਼ ਡੇਟ ਦੀ, ਇਹ ਗੀਤ ਕੱਲ ਨੂੰ ਯਾਨੀ ਕਿ 21 ਮਾਰਚ 2024 ਨੂੰ ਰਿਲੀਜ਼ ਹੋ ਜਾਵੇਗਾ। ਸ਼ਿਪਰਾ ਗੋਇਲ ਦੇ ਗੀਤ ਅਕਸਰ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੇ ਨੇ। ਸੋ ਤੁਹਾਨੂੰ ਇਸ ਗੀਤ ਨੂੰ ਵੇਖਣ ਦੀ ਕਿੰਨੀ ਐਕਸਾਈਟਮੈਂਟ ਹੈ? ਕਮੈਂਟ ਕਰਕੇ ਜ਼ਰੂਰ ਦੱਸਣਾ। ਉੱਥੇ ਹੀ ਜੇਕਰ ਸ਼ਿਪਰਾ ਗੋਇਲ ਦੇ ਵਰਕ ਗ੍ਰਾਫ ਦੀ ਗੱਲ ਕਰੀਏ, ਤੇ ਸ਼ਿਪਰਾ ਗੋਇਲ ਨੇ ਆਪਣੇ ਕਰੀਅਰ ਦੇ ਵਿੱਚ ਕਈ ਸਾਰੇ ਸੁਪਰ ਹਿੱਟ ਗੀਤ ਦਿੱਤੇ ਨੇ, ਤੇ ਇਹ ਵੀ ਦੱਸ ਦਈਏ ਕਿ ਉਹਨਾਂ ਦੇ ਗੀਤਾਂ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਿਆਰ ਵੀ ਦਿੱਤਾ। ਸ਼ਿਪਰਾ ਗੋਇਲ ਦੇ ਸੁਪਰ ਹਿੱਟ ਗੀਤਾਂ ਦੇ ਵਿੱਚ ਨਖਰੋ, ਆਈ ਡੋਂਟ ਕੇਅਰ, ਪਿੱਛੇ ਪਿੱਛੇ, ਪਿਆਰ, ਕਿਸਾਨ ਐਂਥਮ 2, ਕੋਕੇ, ਹਾਏ ਤੌਬਾ, ਫੈਮਿਲੀ, ਸੁਬਾ ਤੇ ਸ਼ਾਮ, ਬਿਗ ਮੈਨ, ਜੱਟਾ, ਤੇਰੀ ਮੇਰੀ ਜੋੜੀ ਤੇ ਹੋਰ ਕਈ ਸਾਰੇ ਸੁਪਰ ਹਿੱਟ ਗੀਤ ਸ਼ਾਮਿਲ ਨੇ। ਸ਼ਿਪਰਾ ਗੋਇਲ ਦੇ ਵੱਲੋਂ ਹਮੇਸ਼ਾ ਹੀ ਆਪਣੇ ਫੈਨਸ ਲਈ ਨਵੇਂ ਨਵੇਂ ਗੀਤ ਲੈ ਕੇ ਆਏ ਜਾਂਦੇ ਨੇ ਤੇ ਲੋਕਾਂ ਨੂੰ ਇਮਪ੍ਰੈਸ ਕੀਤਾ ਜਾਂਦਾ ਹੈ। ਸੋ ਫਾਈਨਲੀ ਅੱਗ ਵਰਗੀ ਗੀਤ ਵੀ ਜਲਦੀ ਹੀ ਸ਼ਿਪਰਾ ਗੋਇਲ ਦੇ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਤੇ ਦੱਸ ਦਈਏ ਕਿ ਇਹ ਗੀਤ 21 ਮਾਰਚ 2024 ਯਾਨੀ ਕਿ ਕੱਲ ਨੂੰ ਹੋਣ ਵਾਲਾ ਹੈ ਰਿਲੀਜ਼। ਕਿੰਨੇ ਐਕਸਾਈਟਿਡ ਹੋ ਸ਼ਿਪਰਾ ਗੋਇਲ ਦੇ ਇਸ ਗੀਤ ਲਈ? ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।